ਅਸੀਂ ਦੁਬਈ ਜਦੋਂ ਆਪਾਂ ਆਏ ਹਾਂ ਦੁਬਈ ਇੱਕ ਇਹਨਾਂ ਨਾਲ ਸਾਡੇ ਯੂਰੋ ਕਢਾ ਤੇ ਉੱਥੇ ਸਾਰੇ ਜਿੰਨੇ ਸਾਡੇ ਕੋਲ ਯੂਰੋ ਸੀ ਉਹ ਵੀ ਇੱਕ ਇਹਨਾਂ ਨੇ ਕਢਾਏ ਆਪਣੀ ਸਹਿਮਤੀ ਨਾਲ ਜਾਂ ਆਪਣਾ ਦੂਜੇ ਨਾਲ ਰਲ ਕੇ ਮੇਰਾ ਟੋਟਲ 18-19 ਲੱਖ ਰੁਪਈਆ ਲੱਗ ਚੁੱਕਾ ਹਾਲੇ ਤਾਂ ਮੇਰੇ ਪੱਲੇ ਕੁਝ ਨਹੀਂ ਅਤੇ ਮੇਰਾ ਬੇਟਾ ਵੀ ਨਹੀਂ ਜੇ ਲੱਭਦਾ ਤਾਂ ਮੈਂ ਬਹੁਤ ਔਖਾ ਮੇਰੀ ਭਗਵੰਤ ਮਾਨ ਨੂੰ ਅਪੀਲ ਆ ਵੀ ਮੇਰੀ ਮਦਦ ਕੀਤੀ ਜਾਵੇ ਜੀ ਇਹਨਾਂ ਬੱਚਾ ਇਟਲੀ ਭੇਜਣ ਵਾਸਤੇ ਇਹਨਾਂ ਕੋਲ 9 ਲੱਖ ਰੁਪਈਆ 9.5 ਲੱਖ ਰੁਪਈਆ ਲਿਆ ਅਤੇ ਬੱਚਾ ਜਿਹੜਾ ਵਾ ਉਹ 1 ਨੰਬਰ ਦੇ ਵਿੱਚ ਹੀ ਗਏਗਾ। ਬਾਅਦ ਦੇ ਵਿੱਚ ਉਹਨੇ 2 ਨੰਬਰ ਦੇ ਵਿੱਚ ਬੱਚਾ ਭੇਜ ਕੇ ਅਤੇ ਬੱਚਾ ਜਿਹੜਾ ਵਾ ਲੀਬੀਆ ਦੇ ਵਿੱਚ ਫਸਾ ਤਾ। ਚਾਰ ਪੰਜ ਦਿਨਾਂ ਤੋਂ ਹੁਣ ਬੱਚੇ ਦੇ ਨਾਲ ਇਹਨਾਂ ਦੀ ਜਿਹੜੀ ਆ ਕੋਈ ਵੀ ਗੱਲਬਾਤ ਨਹੀਂ ਹੋ ਰਹੀ, ਪਤਾ ਨਹੀਂ ਲੱਗ ਰਿਹਾ ਕਿ ਬੱਚਾ ਕਿੱਥੇ ਆ ਕਿੱਥੇ ਨਹੀਂ, ਹੈ ਵੀ ਆ ਕਿ ਜਾਂ ਨਹੀਂ ਹੈ। ਗੱਲ ਇੱਦਾਂ ਹੋਈ ਭਾਅ ਜੀ ਕਿ ਇੱਕ ਨੱਕਾਂ ਦਾ ਬੰਦਾ ਸੀਗਾ ਕਹਿੰਦਾ ਕਿ ਮੇਰਾ ਬੇਟਾ ਵੀ ਬਾਹਰ ਚੱਲਿਆ ਜੀ ਇਟਲੀ, ਅਤੇ ਜੇ ਤੂੰ ਆਪਣਾ ਬੇਟਾ ਘਲਾਉਣਾ ਤਾਂ ਤੂੰ ਵੀ ਭੇਜ ਦੇ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਐਦਾਂ ਕਿ 9.5 ਲੱਖ ਰੁਪਈਏ ਦੇ ਨਾਲ ਸਾਡੇ 9.5 ਲੱਖ ਰੁਪਈਏ ਨਾਲ ਗੱਲ ਹੋ ਗਈ ਅਤੇ ਇਹਨਾਂ ਨੂੰ ਅਸੀਂ ਪੈਸੇ ਦੇ ਤੇ, ਅਤੇ ਇਹਨਾਂ ਨੇ ਸਾਡੇ ਮੁੰਡੇ ਕਿਹਾ ਵੀ ਅਸੀਂ ਤੁਹਾਡੇ ਮੁੰਡੇ ਭੇਜਣੇ ਆ ਫਲੈਟ ਦਾ। ਇਹਨਾਂ ਮੁੜ ਕੇ ਸਾਡੇ ਜਦੋਂ ਮੁੰਡੇ ਦੁਬਈ ਗਏ ਨੇ ਇਹਨਾਂ ਕੋਲ ਅਸੀਂ ਜੋਰੋ ਵੀ ਦਿੱਤੇ ਸੀਗੇ ਅਤੇ ਜੋਰੋ ਇਹਨਾਂ ਨੇ ਸਾਡੇ ਖੋਲੇ 1800 ਜੋਰੋ ਦਿੱਤਾ ਗਿਆ ਮੈਂ, ਅਤੇ ਨੱਤਾਂ ਵਾਲੇ ਮੁੰਡੇ ਦਾ 2200 ਸੀਗਾ ਇਹਨਾਂ ਦੇ ਘੁਆ ਤੇ ਉੱਥੇ ਮੁੜ ਕੇ ਨਾ ਮੁੰਡੇ ਸਾਡੇ ਨੂੰ ਘਲਾ ਤਾ ਲਿਬੀਆ ਜਾ ਕੇ 1-2 ਮਹੀਨਾ ਵੇਖ ਡੇਢ ਵੇਖ ਆਪਣੇ ਮੁੰਡੇ ਇਹਨਾਂ ਨੇ ਘਲਾ ਤੇ ਸਾਡੇ ਕੋਲ ਫਿਰ ਪੈਸੇ ਇਹਨਾਂ ਲੈ ਲਏ ਜਿਹੜੇ ਬਾਕੀ ਸੀਗੇ ਉਹ ਪੰਚਾਇਤ ਦੇ ਵਿੱਚ ਲਏ ਨੱਤਾਂ ਵਾਲੀ ਪੰਚਾਇਤ ਦੇ ਵਿੱਚ, ਵੀਡੀਓ ਵੀ ਉਹਨਾਂ ਦੀਆਂ ਸਾਡੇ ਕੋਲ ਜੇ, ਅਤੇ ਮੁੜ ਕੇ ਬਾਅਦ ਦੇ ਵਿੱਚ ਆਉਂਦੇ ਵੀ ਤੂੰ ਸਾਨੂੰ 6 ਲੱਖ ਰੁਪਈਆ ਹੋਰ ਦੇ। ਮੈਂ ਹੁਣ 6 ਲੱਖ ਕਿੱਥੋਂ ਦੇਵਾਂ, ਆਉਂਦੇ ਜੇ ਨਹੀਂ ਤਾਂ ਤੈਨੂੰ ਏਜੰਟ ਗਾੜੀ ਦੱਸ ਦਿੰਦੇ ਤੂੰ ਉਹਨੂੰ ਦੇ ਦੇ। ਫਿਰ ਇਹਨਾਂ ਨੇ ਮੈਨੂੰ ਏਜੰਟ ਦਿੱਤਾ, ਫਿਰ ਮੈਂ ਉਹਨੂੰ 6 ਲੱਖ ਰੁਪਈਆ ਉਹਦੇ ਅਕਾਊਂਟ ਵਿੱਚ ਪਾਇਆ, ਮੇਰੇ ਕੋਲ ਉਹਦੀਆਂ ਵੀ ਰਸੀਦਾਂ ਹੈਗੀਆਂ। ਮੇਰਾ ਟੋਟਲ 18-19 ਲੱਖ ਰੁਪਈਆ ਲੱਗ ਚੁੱਕਾ ਹਾਲੇ ਤਾਂ ਮੇਰੇ ਪੱਲੇ ਕੁਝ ਨਹੀਂ, ਅਤੇ ਮੇਰਾ ਬੇਟਾ ਵੀ ਨਹੀਂ ਜੇ ਲੱਭਦਾ ਤਾਂ ਮੈਂ ਬਹੁਤ ਔਖਾ। ਮੇਰੀ ਭਗਵੰਤ ਮਾਨ ਨੂੰ ਜਾਣੀ ਅਪੀਲ ਆ ਵੀ ਮੇਰੀ ਮਦਦ ਕੀਤੀ ਜਾਵੇ ਜੀ। ਤੁਹਾਡੇ ਬੇਟੇ ਨਾਲ ਕੋਈ ਕੁੱਟਮਾਰ ਉਹ ਹੁੰਦੀ ਰਹੀ ਜੀ, ਬੜੀਆਂ ਪੀੜੀਆਂ ਪਾਈਆਂ ਅਤੇ ਅਸੀਂ ਦੱਸਿਆ ਨਹੀਂ, ਹੁਣ ਹਾਰ ਕੇ ਦੱਸਣਾ ਪਿਆ ਸਾਨੂੰ ਅਤੇ ਉਹਨੂੰ ਕੁੱਟਦੇ ਵੀ ਰਹੇ ਰੋਟੀ ਮੇਰੇ ਵੱਡੇ ਭਾਜੀ ਬਲਕਾਰ ਸਿੰਘ ਦਾ ਬੇਟਾ ਵਾ ਤੇ ਮੇਰੇ ਵੀ ਪੁੱਤਾਂ ਵਰਗਾ ਹੈ, ਕਿਉਂਕਿ ਮੇਰੇ 2 ਬੇਟੇ ਨਹੀਂ ਰਹੇ, ਮੈਨੂੰ ਪੁੱਤਾਂ ਵਾਂਗ ਰਹੀ ਇਹੀ ਪਾਲਿਆ ਵਾ। ਸਾਨੂੰ ਭਗਵੰਤ ਮਾਨ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਸਹੀ ਸਲਾਮਤ ਪਤਾ ਲੱਗੇ ਵੀ ਕਿੱਥੇ ਵੀ ਆ ਜਿੱਥੇ ਵੀ ਹੈਗਾ ਸਾਡਾ ਬੱਚਾ ਵਾਪਸ ਆਉਣਾ ਚਾਹੀਦਾ ਵਾ। ਅਸੀਂ ਥਾਣਿਆਂ ਦੇ ਵਿੱਚ ਵੀ ਰੁਲ ਗਏ ਹਾਂ, ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਵੀ, ਅਸੀਂ ਚਾਹੁੰਦੇ ਹਾਂ ਕਿ ਸਾਡੀ ਸੁਣਵਾਈ ਹੋਵੇ ਅਤੇ ਸਾਡਾ ਬੱਚਾ ਸਹੀ ਸਲਾਮਤ ਸਾਨੂੰ ਮਿਲੇ। ਅਸੀਂ ਇਸ ਟਾਈਮ ਖੜ੍ਹੇ ਹਾਂ ਜੀ ਬਲਕਾਰ ਸਿੰਘ ਦੇ ਗ੍ਰਹਿ ਵਿਖੇ, ਇਹ ਸਾਡੀ ਜਿਹੜੀ ਪਿੰਡ ਦੀ ਇਕਾਈ ਆ ਉਹਦੇ ਮੈਂਬਰ ਵੀ ਆ। ਅੱਜ ਤੋਂ ਕਰੀਬ 4 ਸਾਲ ਪਹਿਲਾਂ ਪਿੰਡ ਨੱਤਾਂ ਦਾ ਇੱਕ ਏਜੰਟ ਸੀਗਾ ਬਲਜਿੰਦਰ ਸਿੰਘ, ਉਹਨਾਂ ਨੇ ਇਹਨਾਂ ਬੱਚਾ ਇਟਲੀ ਭੇਜਣ ਵਾਸਤੇ ਇਹਨਾਂ ਕੋਲ 9 ਲੱਖ ਰੁਪਈਆ 9.5 ਲੱਖ ਰੁਪਈਆ ਲਿਆ ਅਤੇ ਬੱਚਾ ਜਿਹੜਾ ਵਾ ਉਹ 1 ਨੰਬਰ ਦੇ ਵਿੱਚ ਇਟਲੀ ਗਏਗਾ। ਬਾਅਦ ਦੇ ਵਿੱਚ ਉਹਨੇ 2 ਨੰਬਰ ਦੇ ਵਿੱਚ ਬੱਚਾ ਭੇਜ ਕੇ ਅਤੇ ਬੱਚਾ ਜਿਹੜਾ ਵਾ ਲੀਬੀਆ ਦੇ ਵਿੱਚ ਫਸਾ ਤਾ। ਲੀਬੀਆ ਦੇ ਵਿੱਚ ਬੱਚਾ ਫਸਾ ਕੇ ਅੱਗੋਂ ਹੋਰ ਇੱਕ ਏਜੰਟ ਵਾ ਇਹਦੇ ਕੋਲ, ਦੁਬਾਰਾ 6 ਲੱਖ ਰੁਪਈਆ ਉਸ ਏਜੰਟ ਨੂੰ ਇਹਨਾਂ ਦੇ ਕੋਲੋਂ ਦਵਾਇਆ ਗਿਆ। ਬੱਚੇ ਨੂੰ ਉੱਥੇ ਟੋਰਚਰ ਕੀਤਾ ਜਾਂਦਾ ਰਿਹਾ, ਵੀਡੀਓ ਵੀ ਕੁੱਟ ਮਾਰਦੀਆਂ ਨੇ, ਬੱਚੇ ਨੂੰ ਭੁੱਖਾ ਰੱਖਿਆ ਗਿਆ। ਪਿਛਲੇ 4-5 ਦਿਨਾਂ ਤੋਂ ਹੁਣ ਬੱਚੇ ਦੇ ਨਾਲ ਇਹਨਾਂ ਦੀ ਜਿਹੜੀ ਆ ਕੋਈ ਵੀ ਗੱਲਬਾਤ ਨਹੀਂ ਹੋ ਰਹੀ, ਪਤਾ ਨਹੀਂ ਲੱਗ ਰਿਹਾ ਕਿ ਬੱਚਾ ਕਿੱਥੇ ਆ ਕਿੱਥੇ ਨਹੀਂ, ਹੈ ਵੀ ਆ ਕਿ ਜਾਂ ਨਹੀਂ ਹੈ। 13-4-2023 ਨੂੰ ਜਿਹੜੀ ਆ ਉਹ ਡਿਪਟੀ DSP ਸਾਹਿਬ ਨੂੰ ਆਪਾਂ ਜਿਹੜੀ ਆ ਇਸ ਮਸਲੇ ਦੇ ਵਿੱਚ ਦਰਖਾਸਤ ਵੀ ਦਿੱਤੀ ਸੀ, ਅੱਜ 4 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਜਿਹੜੀ ਆ ਉਹਦੇ ਉੱਤੇ ਕੋਈ ਵੀ ਜਿਹੜੀ ਪੁਖਤਾ ਕਾਰਵਾਈ ਆ ਉਹ ਨਹੀਂ ਜੀ ਹੋਈ। ਹੁਣ ਅਸੀਂ ਪਤਾ ਕੀਤਾ ਅਤੇ ਉਹ ਜਿਹੜੀ ਰਿਪੋਰਟ ਇੱਥੋਂ SHO ਸਾਹਿਬ ਨੇ ਦਿੱਤੀ ਹੈ ਡਿਪਟੀ ਸਾਹਿਬ ਨੂੰ, ਉਹ ਪੈਂਡਿੰਗ ਹੀ ਉਹਨਾਂ ਦੇ ਟੇਬਲ ਦੇ ਉੱਤੇ ਉਸੇ ਤਰ੍ਹਾਂ ਪਈ ਆ। ਅਸੀਂ ਜਥੇਬੰਦੀ ਵੱਲੋਂ ਇੱਥੋਂ ਜਿਹੜੀ ਆ ਉਹ DSP ਸਾਹਿਬ ਨੂੰ ਸਾਰੇ ਪ੍ਰਸ਼ਾਸਨ ਨੂੰ ਸਚੇਤ ਕਰ ਦੇਣਾ ਚਾਹੁੰਦੇ ਹਾਂ ਵੀ ਜੇ ਜਲਦ ਤੋਂ ਜਲਦ ਦੋਸ਼ੀਆਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਵੱਡਾ ਸੰਘਰਸ਼ ਜਿਹੜਾ ਵਾ ਉਹ ਇਸ ਮਸਲੇ ਦੇ ਉੱਤੇ ਵਿੱਢਿਆ ਜਾਊਗਾ। ਇਸ ਦੁੱਖ ਦੀ ਘੜੀ ਦੇ ਵਿੱਚ ਸਾਰੀ ਜਥੇਬੰਦੀ ਜਿਹੜੀ ਆ ਅਸੀਂ ਸਾਰੇ ਜਥੇਬੰਦਕ ਸਾਥੀ ਜਿਹੜੇ ਆ ਸਰਦਾਰ ਬਲਕਾਰ ਸਿੰਘ ਦੇ ਨਾਲ ਖੜੇ ਹਾਂ। ਗੁਰਨਾਮ ਸਿੰਘ, ਸਰਪੰਚ ਲਿਖਲਾ, ਮੇਰੀ ਇਹ ਮੰਗ ਆ ਕਿ ਜਿਹੜਾ ਬਲਕਾਰ ਸਿੰਘ ਦਾ ਲੜਕਾ ਵਾ ਜਿਹੜਾ ਨਾਂ ਦਾ ਪਤਾ ਚੱਲ ਰਿਹਾ, ਉਹਨੇ ਪੈਸਾ ਵੀ ਨਾ ਬਰਬਾਦ ਕਰਤਾ ਵਾ,
कि बच्चे का पता नहीं चलता भी कितने आ कितने इस टाइम नहीं आ। तो मैं पुलिस प्रशासन तो पंजाब सरकार तो मांग करता कि इन दोषियों के उपर जिन्होंने भेजा एजेंटा ने पैसे लैके उन्होंने सख्त तो सख्त कार्रवाई की जाए कि उन्होंने कानूनी कार्रवाई होनी चाहिए और बच्चे का सानू पता लगना चाहिए वा अं सारा पिंड ही मेरे न सारा नगर ही अं ये दुख की घड़ी बलकार सिंह के नाल आ सू जिते तक भी जाना पाया अं जावे।